ਇਸੇ ਤਰ੍ਹਾਂ ਸਤਸੰਗਤ ਜੀ ਜਿਨ੍ਹਾਂ ਦੁਨੀਆ ਦੇ ਮੰਤਰ ਜੰਤ ਨੇ ਦੁਨੀਆ ਘੇਰੇ ਚ ਆਈ ਹੋਈ ਹੈ ਇਹਨਾਂ ਦੇ ਗੁਰਬਾਣੀ ਦੇ ਤੁਲ ਸਤਸੰਗਤ ਜੀ ਕੋਈ ਨਹੀਂ ਹੈ ਕੱਲ ਪੂਰਵਕਤ ਵਿਚਾਰਿਆ ਸੀ ਖਾਕੀ ਬਾਦੀ ਆਥੀ ਆਦਿਕ ਮੰਤਰਾਂ ਦੀਆਂ ਸਤਸੰਗਤ ਜੀ ਕਿਸਮਾਂ ਹਨ ਜਿਨ੍ਹਾਂ ਚੋਂ ਗੁਰਬਾਣੀ ਨੂਰੀ ਮੰਤਰ ਹੈ ਜਿਨ੍ਹਾਂ ਦੇ ਹਿਰਦੇ ਚ ਗੁਰਬਾਣੀ ਵੱਸਦੀ ਹੈ ਉੱਤੇ ਕਿਸੇ ਟੂਨੇ ਟਾਮਣ ਦਾ ਸਤਸੰਗਤ ਜੀ ਅਸਰ ਨਹੀਂ ਚੱਲਦਾ ਦਾਸ ਦਾ ਸਰੀਰ ਸਤਸੰਗਤ ਜੀ ਬਾਦਕ ਵਾਸਤਾ ਜੀ ਹਜੂਰ ਸਾਹਿਬ ਰਹਾ 1907 ਸੰਗਤ ਜੀ ਇਹ 55 ਦੀ ਬਾਤ ਹੈ ਮੁਸਲਮਾਨਾਂ ਦਾ ਇਲਾਕਾ ਬਹੁਤ ਹੈ ਮੁਸਲਮਾਨ ਦੀ रियासत ਸੀ ਹైదరాబాద్ ਜਿੱਥੇ ਹਜੂਰ ਸਾਹਿਬ ਨਦੇੜ ਹੈ ਇੱਕ ਮੁਸਲਮਾਨ ਫਕੀਰ ਵਿਖਿਆ ਕਰਦਾ ਕਰਦਾ ਸਤਸੰਗ ਜੀ ਗਲੀ ਦੇ ਵਿੱਚ ਉੱਥੇ ਗੜੀਆਂ ਵੀ ਸਤਸੰਗ ਜੀ ਹੁਣ ਤਾਂ ਕੁਝ ਪੱਕੀਆਂ ਬਣੀਆਂ ਗਰੀਬੀ ਬਹੁਤ ਹੈ ਲੋਕਾਂ ਦੀਆਂ ਛੱਪਰੀਆਂ ਈ ਸੀ ਕੋਈ ਵੱਡੇ ਵੱਡੇ ਮਕਾਨ ਨਹੀਂ ਸਨ ਇਦੋਂ ਸਾਧ ਸੰਗਤ ਜੀ ਪੰਜਾਬ ਚੋਂ ਗਿਆ ਹੋਇਆ ਦਰਜੀ ਸਿੰਘ ਮਿੱਲ 'ਚ ਵਿਚਾਰਾ ਪਹਿਰਾ ਦਿੰਦਾ ਸੀ ਰਾਤ ਨੂੰ ਉਧਰ ਹੀ ਉਹਦਾ ਵਿਆਹ ਕਰਾਇਆ ਸੀ ਉਹਨਾਂ ਦਾ ਪਹਿਰਾਵਾ ਵੀ ਉਧਰ ਲਾ ਸਾੜੀਆਂ ਵਗੈਰਾ ਦਾ ਹੁੰਦਾ ਮਾਈਆਂ ਦਾ ਉਹ ਮੁਸਲਮਾਨ ਫਕੀਰ ਜਿਸ ਵੇਲੇ ਉਹਨਾਂ ਦੀ ਝੌਂਪੜੀ ਦੇ ਮੂਹਰੇ ਆ ਕੇ ਉਸਨੇ ਭਿਖਿਆ ਮੰਗੀ ਉਹ ਬੀਬੀ ਨੇ ਕਿਤੇ ਸਾਧ ਸੰਜੀ ਜਵਾਬ ਦੇ ਦਿੱਤਾ ਉਹਨੇ ਐਸਾ ਸੱਤਰੀ ਗੁੱਸਾ ਕੀਤਾ ਠਿਕਰਾ ਪੰਨ ਗਿਆ ਉੱਥੇ ਦਰਾਂ ਦੇ ਵਿੱਚ ਨੰਗ ਗਿਆ ਕਹਾਂ ਕੀ ਸਤ ਸੰਗਤ ਜੀ ਇਹ ਜਿਹਾ ਉਹਨੇ ਮੰਤਰ ਪੜਿਆ ਇੱਕ ਦਿੱਲੀ ਨਿੱਕੀ ਜੀ ਆਵੇ ਉਹਨਾਂ ਦੀ ਝੌਂਪੜੀ ਜਿੱਥੇ ਡਿਗੇ ਉੱਥੇ ਹੀ ਕੜਕ ਦੇਣੇ ਅੱਗ ਲੱਗ ਜੇ ਨਾ ਦਿਨ ਸੌਣ ਨਾ ਰਾਤ ਨੂੰ ਸੌਣ ਬਹੁਤ ਹੀ ਤੰਗ ਉਸ ਵੇਲੇ ਸਤ ਸੰਗਤ ਜੀ ਪਾਣੀ ਭੜਕ ਕੇ ਰੱਖਣਾ ਉਹਨਾਂ ਨੇ ਘੜਿਆਂ ਦੇ ਵਿੱਚ ਬਾਲਟੀਆਂ ਦੇ ਵਿੱਚ ਜਦੋਂ ਸਤ ਸੰਗਤ ਜੀ ਤੀਲੀ ਨੇ ਆਉਣਾ ਉਹਦੇ ਅੱਗ ਲਾਉਣੀ ਜਦੇ ਸਤ ਸੰਗਤ ਜੀ ਉਹ ਉਹਨਾਂ ਨੇ ਫਟਕ ਦੇਣੇ ਪਾਣੀ ਪਾਉਣਾ ਉਹ ਵਿਚਾਰੇ ਦਾ ਪਹਿਰਾ ਵੀ ਛੁੱਟ ਗਿਆ ਰੋਜੀ ਵੀ ਜਾਂਦੀ ਰਹੀ ਬੜਾ ਦੁਖੀ ਹੋਇਆ ਜਦੋਂ 15 ਕੁ ਦਿਨ ਇਹ ਸਤ ਸੰਗਤ ਜੀ ਕੌਤਕ ਵਰਤਿਆ ਇਹ ਅੱਖੀਂ ਦੇਖਣ ਦਾ ਸਤ ਸੰਗਤ ਜੀ ਮੈਂ ਤੁਹਾਨੂੰ ਬਚਨ ਸੁਣਾਵਾ ਦੇਖਿਆ ਹੋਇਆ ਉਸ ਤੋਂ ਬਾਅਦ ਕੀ ਹੋਇਆ ਕਰੇ ਰਾਤ ਨੂੰ ਚੰਗੇ ਭਲੇ ਪਿਆ ਕਰਨ ਸਵੇਰ ਨੂੰ ਬਸਤਰ ਸਾਰੇ ਹੀ ਲੀਰਾ ਲੀਰਾ ਜਿਹੜੇ ਪਾਏ ਹੋਇਆ ਕਰਨ ਗਰੀਬ ਆਦਮੀ ਅਥਾ ਸਤ ਸੰਗਜੀ ਬੀਬੀਆਂ ਨੂੰ ਕਿੰਨੇ ਕੁ ਸੂਟ ਕੋਈ ਸਮਾ ਕੇ ਦੇ ਦੇਗਾ ਨੌਜਵਾਨ ਉਹਦੀ ਲੜਕੀ ਇੱਕ ਸਤ ਸੰਜੀ ਲੜਕਾ ਇਸੇ ਤਰ੍ਹਾਂ ਘਰ ਵਾਲੀ ਉਹਨਾਂ ਦੀ ਸਾੜੀ ਦੀਆਂ ਦੀਰਾਂ ਦੀਆਂ ਲੀਰਾਂ ਸੁੱਤਿਆਂ ਪਿਆਂ ਦੀਆਂ ਹੋ ਜਾਇਆ ਕਰਨ ਹੁਣ ਸਤ ਸੰਗਜੀ ਪੜਦਾ ਤਾਂ ਰੱਖਣਾ ਹੀ ਆ ਨਾ ਉਹ ਰਾਤ ਨੂੰ ਸਤ ਸੰਜੀ ਪਾਟੇ ਹੋਏ ਵਸਤਰ ਪਾ ਕੇ ਪਿਆ ਕਰਨ ਹੁਣ ਪਾਟੇ ਆਉਂਦਾ ਕੀ ਪਾਟ ਜੂਗਾ ਕਹਿੰਦਾ ਜੀ ਮੈਂ ਬੜਾ ਦੁਖੀ ਆ ਤਖਤ ਦੇ ਸਤ ਸੰਜੀ ਮਹਾਪੁਰਖ ਬਾਬੇ ਬ੍ਰਹਮ ਗਿਆਨੀ ਹੇਠ ਪੁਜਾਰੀ ਸਾਹਿਬ ਬਾਬਾ ਹਰਨਾਮ ਸਿੰਘ ਜੀ ਸਨ ਉਸ ਵੇਲੇ ਉਹ ਉਹਨਾਂ ਦੇ ਸਤ ਸੰਗ ਜੀ ਉਸ ਗਲੀ ਦੇ ਵਿੱਚ ਦੀ ਨੰਕੇ ਅੱਗੇ 10:00 ਵਜੇ ਸਤ ਸੰਗ ਜੀ ਬਾਹਰ ਨੂੰ ਬੌੜੇ ਤੇ ਜਾਇਆ ਕਰਦੇ ਖੇਤੀ ਚ ਚੱਲਦੀ ਸੀ ਉਹ ਨਿੱਤੇ ਵੀ ਉਦੋਂ ਬੋਰਡ ਦਾ ਕਬਜ਼ਾ ਨਹੀਂ ਸੀ ਉਦੋਂ ਸਤ ਸੰਗ ਜੀ ਹైదਰਾਬਾਦੀਏ ਰਾਜੇਦਾਈ ਪ੍ਰਬੰਧ ਸੀ ਹਜੂਰ ਸਾਹਿਬ ਨਿਕਲ ਕੇ ਸਤ ਸੰਗੀ ਝੌਂਪੜੀ ਤੋਂ ਦਰਜੀ ਸਿੰਘ ਮਹਾਰਾਜ ਮਹਾਂਪੁਰਖਾਂ ਦੇ ਚਰਨਾਂ ਤੇ ਡੇਫਿਆ ਕਹਿੰਦਾ ਮਹਾਰਾਜ ਗੁਰੂ ਦਾ ਤਖਤ ਹੈ ਹਜ਼ਾਰਾਂ ਕੋਹਾਂ ਤੋਂ ਸਾਰੇ ਲੋਕ ਸਿੱਖ ਇੱਥੇ ਪਰਸਣਾ ਆਉਂਦੇ ਮੈਂ ਤਾਂ ਨੇੜੇ ਹੀ ਰਹਿਣਾ ਜੀ ਮੈਨੂੰ ਤੇ ਬਹੁਤ ਦੁਖੀਆਂ ਮੈਨੂੰ ਤਾਂ ਆ ਦੁੱਖ ਹੈ ਮਹਾਂਪੁਰਖ ਬੜੇ ਹੈਰਾਨ ਹੋਏ ਵੀ ਆ ਇਹ ਕੀ ਬਾਣਾ ਬਰਤਦਾ ਕਹਿੰਦੇ ਜੀ ਗਲਤੀ ਤਾਂ ਮੇਰੇ ਘਰ ਵਾਲੀ ਦੀ ਹੈ ਜੇ ਉਹ ਜੁ ਕੁਝ ਸੀਗਾ ਪਾ ਦਿੰਦੀ ਅਸੀਂ ਤਾਂ ਅੱਗੇ ਹੀ ਗਰੀਬ ਹਾਂ ਉਹਨੂੰ ਕਾਹਨੂੰ ਇਸ ਤਰ੍ਹਾਂ ਕਰਨਾ ਅਸੀਂ ਮੁੜ ਕੇ ਸਾਧਰੀ ਦੱਸਿਆ ਮੁਸਲਮਾਨ ਫਕੀਰ ਸੀ ਉਸ ਵੇਲੇ ਸਤ ਸੰਗਤ ਜੀ ਮਹਾ ਮਹਾਤਮਾ ਨੇ ਕਿਹਾ 500 ਸੁਖਣੀ ਸਾਹਿਬ ਦਾ ਪਾਠ ਕਰਾਓ ਕੁੰਭ ਜੋਤ ਨਾਰੀਅਲ ਵਗੈਰਾ ਜੋ ਅਖੰਡ ਪਾਠ ਦੀ ਮਰਜ਼ਾਦਾ ਇਸ ਤਰ੍ਹਾਂ ਰੱਖ ਕੇ ਉਸ ਵੇਲੇ ਸਤ ਸੰਗਤ ਜੀ ਗਰੀਬ ਆਦਮੀ ਕਿੱਥੋਂ ਖਰਚ ਕਰੇਗਾ ਮਹਾਪੁਰਖਾਂ ਨੇ ਆਪ ਸਤ ਸੰਗਤ ਜੀ ਉਹਨਾਂ ਦੀ ਝੌਂਪੜੀ ਵਿੱਚ ਪੰਜ ਪਾਠੀ ਸੰਗ ਭੇਜ ਕੇ ਨਿਜਮਨਾਲ ਸੁਖਣੀ ਸਾਹਿਬ ਦਾ 500 ਸਤ ਸੰਗਤ ਜੀ ਲਗਾਤਾਰ ਪਾਠ ਕਰਾਇਆ ਜਿੱਦਣ ਆਰੰਭ ਕਰ ਦਿੱਤਾ ਪਾਠ ਉਦੋਂ ਤੋਂ ਹੀ ਸਤਸੰਗਤ ਜੀ ਇਹ ਜੇ ਟੂਨੇ ਟਾਮਣ ਕੀਤੇ ਸਭ ਉੱਡ ਗਏ ਮੁੜ ਕੇ ਉੱਥੇ ਕੀ ਆਉਣਾ ਸੀ ਇਸ ਕਰਕੇ ਖਾਲਸਾ ਜੀ ਇਹ ਦੁਨੀਆਂ ਦੇ ਉੱਤੇ ਈਰਖਾ ਬਖੀਲੀ ਦੇ ਨਾਲ ਬਹੁਤ ਇੱਕ ਦੂਜੇ ਦੇ ਉੱਤੇ ਸਤਸੰਗੀ ਮੰਤਰ ਜਾਂ ਤੇ ਟੂਨੇ ਟਾਮਣ ਕਰਦੇ ਇਹਦੇ ਚ ਕੋਈ ਲਕੋਵ ਵਾਲੀ ਬਾਤ ਨਹੀਂ ਆਪਣੇ ਦੇਸ਼ ਦੇ ਅੰਦਰ ਜਿਸ ਵੇਲੇ ਬੀਬੀਆਂ ਨੂੰ ਸਹਰਿਆਂ ਨੂੰ ਵਿਦਿਆ ਕਰਦੇ ਨੇ ਲੋਕ ਮਾਣਿਆ ਸਾਧਾਂ ਕੋਲੋਂ ਟੂਣੇ ਕਰਕੇ ਲੜਕੀ ਨੂੰ ਕਹਿੰਦੇ ਲੈ ਜਾਂਦੀ ਸਿਰ ਚ ਪਾ ਦੀ ਤੇਰੀ ਆਗਿਆ ਚ ਰਹੂ ਇਹੋ ਨਹੀਂ ਪਤਾ ਵੀ ਮੈਂ ਸੁਹਾਗ ਭਾਗ ਤੋਂ ਹੱਥ ਧੋ ਬੈਠਾਂਗੀ ਜੇ ਦਿਮਾਗ ਚ ਫਰਕ ਪੈ ਗਿਆ ਜਾ ਕੇ ਚਾਚ ਲੈਸ਼ੀਆਂ ਪਾ ਦੇਣੀਆਂ ਔਰਾ ਪਰਾ ਕਰ ਦੇਣਾ ਇਸ ਸੱਤ ਨਹੀਂ ਗੁਰਮਤ ਨਹੀਂ ਕਹਿੰਦੀ ਇਸ ਕਰਕੇ ਗੁਰਸਿੱਖੋ ਜਿਹੜਾ ਕੋਈ ਇਹੋ ਜਿਹਾ ਸਾਧਨਾ ਕਰਦਾ ਫਿਰਦਾ ਉਹ ਨਰਕ ਨਰਕਾਂ ਦਾ ਭਾਗੀ ਹੈ ਕਦੇ ਉਹਦੇ ਸਤ ਸੰਗ ਜੀ ਸੰਗਤ ਨਾ ਕਰਨੀ ਚਾਹੀਏ ਔਰ ਗੁਰੂ ਕੀ ਬਾਣੀ ਵਰਗੀ ਸਤ ਸੰਗ ਜੀ ਕੋਈ ਓਟ ਨਹੀਂ ਕਵਣ ਸੋ ਅੱਖਰ ਕਵਣ ਗੁਣ ਕਵਣ ਸੋ ਮਣੀਆਂ ਮੰਤ ਕਵਣ ਸੋ ਬੇਸੋ ਹਉ ਕਰੀ ਜਿਤ ਵਸ ਆਵੈ ਕੰਤ ਨਿਵਣ ਸੋ ਅੱਖਰ ਖਵਣ ਗੁਣ ਜੇ ਬਾ ਮਣੀਆਂ ਮੰਤ ਇਸ ਤਰ੍ਹਾਂ ਭੈਣੇ ਵੇਸ ਕਰ ਤਾਂ ਬਸ ਆਵੀ ਕੰਤ ਇਹ ਸਿੱਖਿਆ ਲੈਣੀ ਚਾਹੀਏ ਇਹ ਨਹੀਂ ਵੀ ਲੋਕਾਂ ਦੇ ਟੂਨੇ ਟਾਮਣ ਕਰਕੇ ਸਤ ਸੰਗ ਕਰਦਿਆਂ ਦੇ ਸਿਰ 'ਚ ਪਾ ਕੇ ਆਪ ਵੀ ਸਤ ਸ੍ਰੀ ਸੁਨਾਵਾਸ ਤੇ ਨਰਕ ਨਰਕ ਸੇੜਦੀ ਏ ਕੋਈ ਸਿਆਣਕ